ਅਸੀਂ ਦੱਸੋ, ਤੁਸੀਂ 4 ਵਾਰੀ MLA ਰਹੇ ਹੈਗੇ ਹੋ, ਜਿਹੜਾ ਹੁਣ ਤੁਹਾਡਾ ਮੁਕਾਬਲਾ ਜਿਹੜਾ ਹੈਗਾ ਦੱਸਿਆ ਜਾ ਰਿਹਾ ਹੈਗਾ ਹਰਸਿਮਰਤ ਕੌਰ ਬਾਦਲ ਪਰਿਵਾਰ ਨਾਲ ਹੀ ਹੈਗਾ। ਮੈਂ ਤਾਂ ਕਹਿੰਦਾ ਹਲੇ ਹਰਸਿਮਰਤ ਕੌਰ ਬਾਦਲ ਕੈਂਡੀਡੇਟ ਹੀ ਨਹੀਂ ਬਣੀ, ਟਿਕਟਾਂ ਉਹਨਾਂ ਨੇ ਵੰਡਣੀ ਹੈ। ਨਹੀਂ, ਜੇ ਉਹਨਾਂ ਨੇ ਲੜਨੀ ਸੀ ਫਿਰ ਕਹਿ ਦਿੰਦੇ ਮੈਂ ਲੜ ਰਹੀ ਹਾਂ। ਉਹਨਾਂ ਨੇ ਕਿਹਾ ਜੇ ਮੈਂ ਲੜੀ ਤਾਂ ਮੈਂ ਬਠਿੰਡੇ ਲੜੀ, ਨਹੀਂ ਤਾਂ ਮੈਂ ਲੜਦੀ ਨਹੀਂ। ਉਹ ਤਾਂ ਉਹ ਜਾਣਦੇ ਆ, ਉਹਨਾਂ ਦੀ ਪਾਰਟੀ, ਉਹਨਾਂ ਦਾ ਪਰਿਵਾਰ ਹੈ, ਉਹਨਾਂ ਦਾ ਹਸਬੈਂਡ ਪ੍ਰਧਾਨ ਹੈ, ਜਦੋਂ ਮਰਜ਼ੀ ਚਿੱਠੀ ਕੱਟ ਕੇ ਉਹਨਾਂ ਨੂੰ ਫੜਾ ਦੇਣ ਕਿ ਜਾਓ ਲੜੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲਿਮ ਇੰਡੀਆ ਨਿਊਜ਼, ਮੈਂ ਗੋਬਿੰਦ ਸੈਣੀ। ਅੱਜ ਬਠਿੰਡਾ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਿੰਦਰ ਸਿੰਘ ਸਿੱਧੂ ਸਾਹਿਬ ਨੇ ਸਾਰੇ ਧਾਰਮਿਕ ਸਥਾਨ ਦੇ ਉੱਤੇ ਮੱਥਾ ਟੇਕਿਆ, ਨਤਮਸਤਕ ਹੋਏ ਹੈਗੇ ਨੇ। ਸਾਡੇ ਕੋਲ ਜੀਤ ਮਿੰਦਰ ਸਿੰਘ ਸਿੱਧੂ ਸਾਹਿਬ ਮੌਜੂਦ ਹੈ, ਗੱਲਬਾਤ ਕਰਦੇ ਹਾਂ ਜੀ। ਸਰ, ਕੀ ਕਹਿਣਾ ਚਾਹੁੰਦੇ ਹੋ? ਤੁਹਾਨੂੰ ਟਿਕਟ ਮਿਲੀ ਹੈ? ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ। ਅਤੇ ਟਿਕਟ ਜਿਹੜੀ ਮੈਨੂੰ ਕਾਂਗਰਸ ਪਾਰਟੀ ਨੇ ਲੋਕ ਸਭਾ ਇਲੈਕਸ਼ਨ 2024 ਦੇ ਬਠਿੰਡੇ ਦੀ ਦਿੱਤੀ ਹੈ, ਅਤੇ ਮੈਂ ਸਮਝਦਾ ਜਦੋਂ ਮੈਂ ਬਠਿੰਡੇ ਆਇਆ ਸਾਰੇ ਵਰਕਰ ਸਾਹਿਬਾਨ ਨਾਲ ਸਲਾਹ ਕੀਤੀ, ਰਾਏ ਕੀਤੀ, ਅਤੇ ਕਹਿੰਦੇ ਇੱਕ ਰਵਾਇਤ ਹੈ ਕਿ ਜਦੋਂ ਵੀ ਕੈਂਪੇਨ ਸ਼ੁਰੂ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਸ਼ੁਕਰਾਨਾ ਵੀ ਕਰਨਾ ਹੈ ਗੁਰੂ ਮਹਾਰਾਜ ਦਾ, ਅਤੇ ਨਾਲ ਹੀ ਆਸ਼ੀਰਵਾਦ ਲੈਣਾ। ਸੋ ਉਸ ਲੜੀ ਦੇ ਵਿੱਚ ਅੱਜ ਅਸੀਂ ਸਵੇਰੇ ਸਦੇਹਾਂ, ਅਸੀਂ ਪਹਿਲਾਂ ਕਿਲ੍ਹਾ ਸਾਹਿਬ ਗੁਰਦੁਆਰਾ ਸਾਹਿਬ ਹੈ ਜਿਹੜਾ, ਉੱਥੇ ਜਾ ਕੇ ਅਸੀਂ ਅਰਦਾਸ ਕੀਤੀ ਚੜ੍ਹਦੀ ਕਲਾ ਦੀ, ਅਰਦਾਸ ਕੀਤੀ ਕਾਮਯਾਬੀ ਦੀ। ਉਸ ਤੋਂ ਬਾਅਦ ਅਸੀਂ ਪੋਸਟ ਆਫਿਸ ਬਾਜ਼ਾਰ ਜਾ ਕੇ, ਜੋ ਪ੍ਰਾਚੀਨ ਮੰਦਰ ਹੈ ਬਜਰੰਗ ਬਲੀ ਦਾ, ਉੱਥੇ ਜਾ ਕੇ ਅਸੀਂ ਪ੍ਰਾਰਥਨਾ ਕੀਤੀ, ਆਸ਼ੀਰਵਾਦ ਲਿੱਤਾ, ਅਤੇ ਫਿਰ ਅਸੀਂ ਜੋ ਚਰਚ ਹੈ ਲਾਈਨ ਤੋਂ ਪਾਰ, ਉੱਥੇ ਜਾ ਕੇ ਅਸੀਂ ਜੀਸਸ ਉਹਨਾਂ ਕੋਲ ਪ੍ਰਾਰਥਨਾ ਕਰੀ ਕਿ ਬਈ ਮੈਨੂੰ ਕਾਮਯਾਬ ਕਰੋ, ਮੈਨੂੰ ਉਹ ਹਿੰਮਤ ਦਿਓ ਤਾਂ ਕਿ ਮੈਂ ਕਾਮਯਾਬ ਹੋ ਕੇ ਮੈਂ ਆਪਦੇ ਲੋਕਾਂ ਦੀ ਬਤੌਰ MP ਬਣ ਕੇ ਸੇਵਾ ਕਰ ਸਕਾਂ। ਅਤੇ ਅਖੀਰ ਦੇ ਵਿੱਚ ਅੱਜ ਅਸੀਂ ਦਰਗਾਹ ਹਜ਼ੀਰਤਨ ਆਏ ਹਾਂ, ਜਿੱਥੇ ਮੌਲਵੀ ਸਾਹਿਬ ਨੇ ਫਰਿਆਦ ਕੀਤੀ ਹੈ, ਅਰਦਾਸ ਕੀਤੀ ਹੈ ਕਿ ਜਿਤਵਿੰਦਰ ਸਿੰਘ ਸਿੱਧੂ ਨੂੰ ਕਾਮਯਾਬੀ ਬਖਸ਼ੋ। ਸੋ ਮੈਨੂੰ ਉਮੀਦ ਹੈ ਕਿ ਅਸੀਂ ਜਿਸ ਤਰੀਕੇ ਨਾਲ ਮਿਹਨਤ ਸ਼ੁਰੂ ਕੀਤੀ ਹੈ, ਅਤੇ ਸਾਡਾ ਕਾਂਗਰਸ ਦਾ ਵਰਕਰ ਅੱਜ ਹੌਸਲੇ 'ਚ ਹੈ, ਬਹੁਤ ਹੌਸਲੇ 'ਚ ਹੈ, ਅਤੇ ਮੈਨੂੰ ਪੂਰਨ ਉਮੀਦ ਹੈ ਕਿ ਗੁਰੂ ਮਹਾਰਾਜ ਕਿਰਪਾ ਕਰੂ ਅਤੇ ਅਸੀਂ ਵੱਡੀ ਜਿੱਤ, ਜਦੋਂ 4 ਜੂਨ ਨੂੰ ਰਿਜ਼ਲਟ ਆਊਗਾ, ਅਸੀਂ ਇੱਥੋਂ ਕਾਮਯਾਬ ਹੋ ਕੇ ਜਿੱਤ ਪ੍ਰਾਪਤ ਕਰਕੇ ਅਸੀਂ ਕਾਂਗਰਸ ਦੀ ਝੋਲੀ ਵਿੱਚ 8 ਸੀਟ ਪਾਵਾਂਗੇ। ਸਿੱਧੂ ਸਾਹਿਬ, ਤੁਸੀਂ 4 ਵਾਰੀ MLA ਰਹੇ ਹੈਗੇ ਹੋ, ਜਿਹੜਾ ਹੁਣ ਤੁਹਾਡਾ ਮੁਕਾਬਲਾ ਜਿਹੜਾ ਹੈਗਾ ਦੱਸਿਆ ਜਾ ਰਿਹਾ ਹੈਗਾ ਹਰਸਿਮਰਤ ਕੌਰ ਬਾਦਲ ਪਰਿਵਾਰ ਨਾਲ ਹੈਗਾ। ਤੁਸੀਂ ਪਹਿਲਾਂ ਬਾਦਲ ਪਰਿਵਾਰ 'ਚ ਸੀ, ਬਾਦਲ ਪਾਰਟੀ ਛੱਡਤਾ, ਹੁਣ ਕਾਂਗਰਸ ਪਾਰਟੀ ਤੁਹਾਨੂੰ ਟਿਕਟ ਨਾਲ ਨਵਾਜਿਆ ਹੈਗਾ, ਕਿਸ ਤਰ੍ਹਾਂ ਤੁਸੀਂ ਮੁਕਾਬਲਾ ਦੇਖ ਰਹੇ ਹੋ? ਮੈਂ ਤਾਂ ਕਹਿੰਦਾ ਹਲੇ ਹਰਸਿਮਰਤ ਕੌਰ ਬਾਦਲ ਕੈਂਡੀਡੇਟ ਹੀ ਨਹੀਂ ਬਣੇ, ਸੋ ਉਹਨਾਂ ਬਾਰੇ ਹੁਣ ਮੈਂ ਕੀ ਗੱਲ ਕਰ ਸਕਦਾ। ਕਹਿ ਤਾ ਮੈਂ ਬਠਿੰਡੇ 'ਤੇ ਚੋਣ ਲੜਨੀ, ਟਿਕਟਾਂ ਉਹਨਾਂ ਨੇ ਵੰਡਣੀਆਂ। ਨਹੀਂ, ਜੇ ਉਹਨਾਂ ਨੇ ਲੜਨੀ ਸੀ ਫਿਰ ਕਹਿ ਦਿੰਦੇ ਮੈਂ ਲੜ ਰਹੀ ਹਾਂ। ਉਹਨਾਂ ਨੇ ਕਿਹਾ ਜੇ ਮੈਂ ਲੜੀ ਤਾਂ ਮੈਂ ਬਠਿੰਡਿਓਂ ਲੜੀ, ਨਹੀਂ ਤਾਂ ਮੈਂ ਲੜਦੀ ਨਹੀਂ। ਸੋ ਹਲੇ ਤੁਹਾਨੂੰ ਲੱਗਦਾ ਇੱਥੋਂ ਸੀਟ ਬਦਲੀ ਜਾਊਗੀ? ਉਹ ਤਾਂ ਉਹ ਜਾਣਦੇ ਆ, ਉਹਨਾਂ ਦੀ ਪਾਰਟੀ, ਉਹਨਾਂ ਦਾ ਪਰਿਵਾਰ ਹੈ, ਉਹਨਾਂ ਦਾ ਹਸਬੈਂਡ ਪ੍ਰਧਾਨ ਹੈ, ਜਦੋਂ ਮਰਜ਼ੀ ਚਿੱਠੀ ਕੱਟ ਕੇ ਉਹਨਾਂ ਨੂੰ ਫੜਾ ਦੇਣ ਕਿ ਜਾਓ ਲੜੋ। ਪਰ ਕੋਈ ਕਾਰਨ ਨਹੀਂ, ਮੈਂ ਸਮਝਦਾ ਕੋਈ ਕਾਫੀ ਗੰਭੀਰ ਕਾਰਨ ਨੇ, ਕਿਉਂਕਿ ਜਿਹੜੀਆਂ ਰਿਪੋਰਟਾਂ ਆਈਆਂ ਉਹਦੇ ਵਿੱਚ ਕਾਂਗਰਸ ਦੀ ਵੱਡੀ ਲੀਡ ਹਰ ਹਲਕੇ 9 ਦੇ 9 ਚੋਂ ਆ ਰਹੀ ਹੈ। ਹੋਰ ਤਾਂ ਹੋਰ, ਲੰਬੀ ਵਾਲੇ ਮੈਨੂੰ ਅਨੇਕਾਂ ਵਰਕਰ ਮਿਲ ਕੇ ਗਏ, ਕਹਿੰਦੇ ਜੀ ਅਸੀਂ ਇੰਨੇ ਖੁਸ਼ ਹਾਂ ਕਿ ਕਾਂਗਰਸ ਪਾਰਟੀ ਨੇ ਜਿਹੜਾ ਤੁਸੀਂ ਉਮੀਦਵਾਰ ਬਣਾਇਆ, ਅਸੀਂ ਡਟ ਕੇ ਤੁਹਾਡੀ ਮਦਦ ਕਰਕੇ ਪਹਿਲੀ ਵਾਰ ਹੋਊ ਕਿ ਕਾਂਗਰਸ ਵੱਡੀ ਲੀਡ ਨਾਲ ਲੰਬੀ 'ਚੋਂ ਲੀਡ ਕਰਕੇ ਆਵਾਂਗੇ। ਲੰਬੀ ਤਾਂ ਜੀ ਖੁੱਡੀਆ ਸਾਹਿਬ ਹੈਗੇ, ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਹਰਾਇਆ ਹੈਗਾ, ਫਿਰ ਉਹ ਕਿਵੇਂ ਉੱਥੇ ਕਿਵੇਂ ਜਿੱਤਣਾ? ਉਹ ਟਾਈਮ ਗਿਆ ਜੀ, ਉਹ ਇੱਕ ਜਜ਼ਬਾਤੀ ਇਲੈਕਸ਼ਨ ਸੀਗਾ, ਲੋਕਾਂ ਨੇ ਜੋ ਝੂਠ ਪ੍ਰਚਾਰ
ਪ੍ਰੋਪੇਗੰਡਾ ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ਰਾਹੀਂ ਜਾਂ ਪਰਸਨਲ ਅਟੈਕ ਲੀਡਰਾਂ 'ਤੇ ਕੀਤੇ, ਉਸ ਨਾਲ ਪੰਜਾਬੀ ਜਜ਼ਬਾਤੀ ਹੋ ਗਏ। ਉਹਨਾਂ ਨੇ ਸੋਚਿਆ ਕਿ ਇੱਕ ਵਾਰ ਕਿਉਂ ਨਾ ਇਹ ਨਵੀਂ ਪਾਰਟੀ ਨਵੇਂ ਲੋਕ ਦੇਖ ਲਈਏ। ਪਰ ਤੁਹਾਡੇ ਸਾਹਮਣੇ ਹੈ ਕਿ 2 ਸਾਲ 'ਚ ਜੋ ਹਾਲ ਪੰਜਾਬ ਦਾ ਹੋਇਆ, ਜੋ ਲੋਕਾਂ ਦਾ ਹੋਇਆ, ਜਿਹੜੇ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਕਹਿੰਦੀ ਸੀ ਅਤੇ ਆਮ ਆਦਮੀ ਆਪਣੇ ਆਪ ਨੂੰ ਕਹਿੰਦੇ ਸੀ, ਅਸੀਂ ਆਮ ਆਦਮੀ ਨਿੱਚ ਉੱਠ ਕੇ ਆਏ ਹਾਂ, ਅੱਜ ਉਹ ਖਾਸ ਆਦਮੀ ਬਣੇ ਬੈਠੇ ਹੈ। ਕਹਿੰਦੇ ਸੀ ਕਿ ਅਸੀਂ ਕੋਠੀਆਂ ਨਹੀਂ ਲਵਾਂਗੇ, ਗੱਡੀਆਂ ਨਹੀਂ ਲਵਾਂਗੇ, ਗਨਮੈਨ ਕਲਚਰ ਖਤਮ ਕਰ ਦਿਆਂਗੇ, ਇਹ ਕਰ ਦਿਆਂਗੇ, ਮੈਨੂੰ ਇਹ ਦੱਸ ਦਿਓ। ਜਿਹੜੀ ਜਿਹੜੀ ਗੱਲ ਕੀਤੀ ਕਿ ਇੱਕ ਵੀ ਗੱਲ 'ਤੇ ਪੂਰਾ ਹੋਏ ਨਹੀਂ, ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈ ਲਈਆਂ। ਅੱਜ ਉਹੀ ਲੋਕ ਸਵਾਲ ਪੁੱਛਦੇ ਨੇ ਜਦੋਂ ਖੁੱਡੀਆਂ ਸਾਹਿਬ ਜਾਂ ਹੋਰ ਆਮ ਆਦਮੀ ਪਾਰਟੀ ਦੇ ਜੋ ਉਮੀਦਵਾਰ ਨੇ ਵੱਖ ਵੱਖ ਹਲਕਿਆਂ 'ਚ, ਉਹਨਾਂ ਨੂੰ ਸਵਾਲ ਕਰਦੇ ਨੇ। ਉਹ ਕਹਿੰਦੇ ਸਾਨੂੰ ਸਵਾਲ ਨਾ ਕਰੋ। ਕਹਿੰਦੇ ਨਹੀਂ, ਇਹ ਆਦਤ ਤੁਸੀਂ ਉਹ ਪਾਈ ਸੀ ਕਿ ਜਦੋਂ ਲੀਡਰ ਪਿੰਡ ਆਵੇ, ਲੀਡਰ ਸ਼ਹਿਰ 'ਚ ਆਵੇ, ਤਾਂ ਤੁਸੀਂ ਲੀਡਰਾਂ ਨੂੰ ਸਵਾਲ ਕਰਿਆ ਕਰੋ। ਹੁਣ ਸਾਡੇ ਸਵਾਲਾਂ ਤੁਹਾਨੂੰ ਭੱਜੋ। 2 ਸਾਲ ਹੋ ਗਏ ਨੇ, 2 ਸਾਲ 'ਚ ਜਿੰਨੇ ਤੁਸੀਂ ਵਾਅਦੇ ਕੀਤੇ ਸੀ ਉਹਦੇ 'ਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਸੋ ਇਸ ਕਰਕੇ ਜਿਹੜੀਆਂ ਵੋਟਾਂ ਨੇ, ਸਭ ਨੂੰ ਪਤਾ ਲੱਗ ਗਿਆ ਕਿ ਸਿਰਫ ਅਤੇ ਸਿਰਫ ਇੱਕ ਕਾਂਗਰਸ ਪਾਰਟੀ ਹੈ ਜਿਹਨੇ ਹਮੇਸ਼ਾ ਹੀ ਪੰਜਾਬ, ਪੰਜਾਬੀਅਤ, ਭਾਈਚਾਰਕ ਸਾਂਝ ਰੱਖ ਕੇ ਪੰਜਾਬ ਨੂੰ ਲੈ ਕੇ ਗਏ ਨੇ, ਦੇਸ਼ ਨੂੰ ਅੱਗੇ ਲੈ ਕੇ ਗਏ। ਤੁਹਾਡੇ ਨਾਲ ਅੱਜ ਕਾਫੀ ਕਾਂਗਰਸ ਵਰਕਰ ਆਏ ਹੈਗੇ ਨੇ, ਤੁਹਾਡੇ ਨਾਲ ਮੱਥਾ ਵੀ ਟਿੱਕਿਆ ਹੈਗਾ, ਪਰ ਕੁਛ ਕਾਂਗਰਸ ਵਰਕਰ ਜਾਂ ਪ੍ਰਧਾਨ ਤੁਹਾਡੇ ਤੋਂ ਨਾਰਾਜ਼ ਚੱਲ ਰਿਹਾ, ਗੁੱਟਬਾਜ਼ੀ ਕਹਿੰਦੇ ਵੀ ਉਹਨਾਂ ਕਿਸ ਤਰ੍ਹਾਂ ਮਨਾਉਂਦੇ? ਕੋਈ ਨਾਰਾਜ਼ ਨਹੀਂ ਚੱਲ ਰਿਹਾ। ਗੱਲ ਇਹ ਹੁੰਦੀ ਹੈ ਕਿ ਕੋਈ ਪਹਿਲਾਂ ਆ ਜਾਂਦਾ, ਕੋਈ ਬਾਅਦ 'ਚ ਆ ਜਾਂਦਾ। ਜਦੋਂ ਕਾਰਵਾਂ ਚੱਲਦਾ ਉਹਦੇ 'ਚ ਹਰ ਕੋਈ ਛੋਟਾ ਵੱਡਾ ਰਲਦਾ ਜਾਂਦਾ, ਅਤੇ ਅਖੀਰ 'ਚ ਜੋ ਨਿਸ਼ਾਨਾ ਹੈ ਕਿ ਸੀਟ ਜਿੱਤਣੀ ਹੈ, ਉਹਦੇ 'ਚ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ 'ਚ ਸਾਰਿਆਂ ਦਾ ਯੋਗਦਾਨ ਅਤੇ ਹਿੱਸਾ ਪਏਗਾ। ਪਿੰਡਾਂ ਤੋਂ ਗੋਬਿੰਦ ਸਿੰਘ ਲਿਮਡੇ ਨਿਊਜ਼ ਪੰਜਾਬ।